ਜੋ ਵੀ ਜਦੋਂ ਵੀ ਤੁਸੀਂ ਨਾ ਗੁਰੂ ਘਰ ਜਾਂਦੇ ਹੋ ਹਰੀਜਨ ਵੀਰਾਂ ਦੇ ਹੈ ਨਾ, ਉੱਥੇ ਰਵੀਦਾਸ ਦੀ ਭਗਤ ਰਵੀਦਾਸ ਦੀ ਫੋਟੋ ਲੱਗੀ ਹੁੰਦੀ ਆ, ਨਾ ਉਹਦੇ ਸਿਰ ਤੇ ਰੁਮਾਲ ਹੁੰਦਾ ਨਾ ਪੱਗ ਬੰਨੀ ਹੁੰਦੀ ਆ, ਠੀਕ ਆ, ਸਿਰ ਤੋਂ ਨੰਗਾ ਹੁੰਦਾ, ਉਹਦੀ ਫੋਟੋ ਲੱਗੀ ਹੁੰਦੀ ਆ। ਮੈਂ ਆਪਣੇ ਪਿੰਡ ਗਿਆ, ਤੇਰਾ ਪਿੰਡ ਪਮਾਲੀ ਆ, ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਸਰੂਪ ਉੱਪਰ ਲੱਗੀ ਹੋਈ ਸੀ। ਇਸ ਵਿਅਕਤੀ ਨੇ ਕੀਤਾ ਕਿੰਤੂ ਪਰੰਤੂ, ਆਏ ਹੀ ਦਿਨ ਰਵਿਦਾਸੀਆ ਤੇ ਵਾਲਮੀਕਿ ਭਾਈਚਾਰੇ ਦੇ ਉੱਤੇ ਕੋਈ ਨਾ ਕੋਈ ਸ਼ਰਾਰਤੀ ਅਨਸਰ ਇਸ ਤਰ੍ਹਾਂ ਕਿੰਤੂ ਪਰੰਤੂ ਕਰਦਾ ਹੀ ਰਹਿੰਦਾ ਹੈ। ਜਿੱਦਾਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਭਗਵਾਨ ਵਾਲਮੀਕ ਨਾਮ ਲੇਵਾ ਸੰਗਤਾਂ ਦੇ ਵਿੱਚ ਭਾਰੀ ਰੋਸ। ਇਸ ਵਿਅਕਤੀ ਦੇ ਵੱਲੋਂ ਬਾਰ ਬਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਗਿਆ, ਔਰ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਸ਼ਬਦ ਬੈਨ ਹੈ ਹਰੀਜਨ ਸ਼ਬਦ ਦੇ ਨਾਲ ਰਵਿਦਾਸੀਆ ਭਾਈਚਾਰੇ ਨੂੰ ਸੰਬੋਧਨ ਕਰ ਰਿਹਾ ਹੈ, ਸੰਗਤਾਂ ਦੇ ਵਿੱਚ ਭਾਰੀ ਰੋਸ। ਦੇਖੋ ਇਸ ਵੀਡੀਓ ਨੂੰ। ਉੱਥੇ ਤੇ ਰਵਿਦਾਸ ਦੀ ਫੋਟੋ ਲੱਗੀ ਹੋਈ ਸੀ, ਭਾਈ ਰਵਿਦਾਸ ਦੀ ਫੋਟੋ ਲੱਗੀ ਹੋਈ ਸੀ, ਹੋਰ ਕੋਈ ਫੋਟੋ ਨਹੀਂ ਸੀ, ਨਾ ਗੁਰੂ ਗੋਬਿੰਦ ਸਿੰਘ ਦੀ, ਨਾ ਗੁਰੂ ਨਾਨਕ ਦੇਵ ਜੀ ਦੀ, ਨਾ ਸਾਡੇ ਚਾਰ ਸਾਹਿਬਜ਼ਾਦਿਆਂ ਦੀ, ਨਾ ਪੰਜ ਪਿਆਰਾਂ ਦੀ, ਠੀਕ ਆ। ਹਾਂਜੀ ਪੰਜਾਬ ਵਾਲਿਓ, ਜੋ ਵੀ ਜਦੋਂ ਵੀ ਤੁਸੀਂ ਨਾ ਗੁਰੂ ਘਰ ਜਾਂਦੇ ਹੋ ਹਰੀਜਨ ਵੀਰਾਂ ਦੇ ਹੈ ਨਾ, ਉੱਥੇ ਰਵਿਦਾਸ ਦੀ ਭਗਤ ਰਵਿਦਾਸ ਦੀ ਫੋਟੋ ਲੱਗੀ ਹੁੰਦੀ ਆ, ਨਾ ਉਹਦੇ ਸਿਰ ਤੇ ਰੁਮਾਲ ਹੁੰਦਾ ਨਾ ਪੱਗ ਬੰਨੀ ਹੁੰਦੀ ਆ, ਠੀਕ ਆ, ਸਿਰ ਤੋਂ ਨੰਗਾ ਹੁੰਦਾ, ਉਹਦੀ ਫੋਟੋ ਲੱਗੀ ਹੁੰਦੀ ਆ। ਮੈਂ ਆਪਣੇ ਪਿੰਡ ਗਿਆ, ਤੇਰਾ ਪਿੰਡ ਪਮਾਲੀ ਆ, ਅਤੇ ਮੈਂ ਗੁਰੂ ਘਰ ਗਿਆ, ਉੱਥੇ ਤੇ ਰਵਿਦਾਸ ਦੀ ਫੋਟੋ ਲੱਗੀ ਹੋਈ ਸੀ, ਭਾਈ ਰਵਿਦਾਸ ਦੀ ਫੋਟੋ ਲੱਗੀ ਹੋਈ ਸੀ, ਹੋਰ ਕੋਈ ਫੋਟੋ ਨਹੀਂ ਸੀ, ਨਾ ਗੁਰੂ ਗੋਬਿੰਦ ਸਿੰਘ ਦੀ, ਨਾ ਗੁਰੂ ਨਾਨਕ ਦੇਵ ਜੀ ਦੀ, ਨਾ ਸਾਡੇ ਚਾਰ ਸਾਹਿਬਜ਼ਾਦਿਆਂ ਦੀ, ਨਾ ਪੰਜ ਪਿਆਰਾਂ ਦੀ, ਠੀਕ ਆ। ਸੋ ਭਾਈ ਰਵਿਦਾਸ ਦੀ ਫੋਟੋ ਲੱਗੀ ਹੋਈ ਸੀ, ਸਿਰ ਤੋਂ ਨੰਗਾ, ਅਤੇ ਮੈਂ ਸਿਰ ਢੱਕ ਕੇ ਗਿਆ, ਨੀਵੀਂ ਪਾ ਕੇ ਗਿਆ, ਮੇਰਾ ਉੱਥੇ ਗੁਰਬਾਣੀ ਰੱਖੀ ਹੋਈ ਆ, ਸਾਡੀ ਮਹਾਰਾਜ ਦੀ ਵੀਡ ਰੱਖੀ ਹੋਈ ਆ, ਠੀਕ ਆ, ਰਿਸਪੈਕਟ ਨਾਲ ਗਿਆ, ਠੀਕ ਆ। ਮੇਰੀ ਪੁਰਾਣੀ ਇੱਕ ਮੈਂ ਵੀਡੀਓ ਹੁਣ 10 ਕੁ ਮਿੰਟ ਪਹਿਲਾਂ ਪਾਈ ਸੀ, ਠੀਕ ਆ, ਉੱਥੇ ਇੱਕ ਬੰਦਾ ਮੈਨੂੰ ਧਮਕੇ ਦੇ ਜਾਂਦਾ, ਮੈਂ ਤੈਨੂੰ ਫਲਾਣੇ ਨੂੰ ਤੈਨੂੰ ਰੈਫਰ ਕਰ ਦੂੰ, ਉਹ ਕਰ ਦੂੰ ਯਾਰ, ਤੂੰ ਦਫਾ ਕਰ ਯਾਰ ਤੂੰ, ਠੀਕ ਆ। ਫਿਰ ਕਿਸੇ ਨੇ ਕਿਹਾ ਭਾਈ ਰਵਿਦਾਸ ਤਾਂ ਹਿੰਦੂ ਸੀਗਾ, ਜੇ ਹਿੰਦੂ ਸੀ ਫਿਰ ਉਹ ਗੁਰਦੁਆਰੇ ਕੀ ਕਰਦਾ ਆ, ਸਿੱਖ ਨੂੰ ਕਿਉਂ ਕੀ ਕਹਿੰਦੇ ਆ ਇੰਨਾ ਮਾਣ ਦਿੰਦੇ ਆ, ਠੀਕ ਆ। ਤੁਹਾਨੂੰ ਰਿਜ਼ਰਵੇਸ਼ਨ ਮਿਲ ਗਈ, ਤੁਹਾਨੂੰ ਭੀਮ ਰਾਮ ਅੰਬੇਦਕਰ ਨੇ ਰਿਜ਼ਰਵੇਸ਼ਨ ਦੇ ਤੀ, ਪਰ ਬੰਦੇ ਦਾ ਨੰਗਾ ਸਿਰ ਯਾਰ, ਉਹ ਵੀ ਗੁਰਦੁਆਰੇ ਦੀ ਮਹਾਰਾਜ ਦੀ ਬੀਟ ਦੇ ਉੱਤੇ ਲਾ ਰੱਖੀ ਹੈ ਫੋਟੋ ਭਾਈ ਰਵਿਦਾਸ ਦੀ ਨੰਗੇ ਸਿਰ ਦੀ, ਅਸੀਂ ਸਾਰੇ ਸਿਰ ਢੱਕ ਕੇ ਜਾਂਦੇ ਹਾਂ। ਸਾਡਾ ਇੱਕ ਰਿਵਾਜ਼ ਆ, ਕਲਚਰ ਆ, ਚਾਹੇ ਕੁਛ ਵੀ ਆ, ਚਾਹੇ ਧਾਰਮਿਕ ਭਾਵਨਾ ਆ, ਅਸੀਂ ਸਿਰ ਢੱਕ ਕੇ ਜਾਂਦੇ ਹਾਂ। ਮੈਂ ਮੰਦਰ ਵੀ ਜਾਂਦਾ, ਸਿਰ ਢੱਕ ਕੇ ਜਾਂਦਾ, ਮੈਂ ਕਈ ਵਾਰ ਮਸਜਿਦ ਵੀ ਗਿਆ ਹਾਂ ਇੱਥੇ, ਸਿਰ ਢੱਕ ਕੇ ਗਿਆ ਹਾਂ, ਮੈਂ ਚਰਚ ਵੀ ਜਾਂਦਾ ਹਾਂ, ਸਿਰ ਢੱਕ ਕੇ ਜਾਂਦਾ, ਇਹ ਸਾਡੇ ਟ੍ਰੈਡੀਸ਼ਨ ਆ, ਠੀਕ ਆ। ਪਰ ਜੇ ਹਰੀਜਨ ਵੀਰੋ ਤੁਹਾਡੇ ਗੁਰਦੁਆਰੇ ਸਾਹਿਬ ਵਿੱਚ ਰਵਿਦਾਸ ਭਾਈ ਰਵਿਦਾਸ ਦੀ ਫੋਟੋ ਬਿਨਾਂ ਪੱਗ ਤੋਂ ਜਾਂ ਬਿਨਾਂ ਰੁਮਾਲ ਤੋਂ ਜਾਂ ਨੰਗੇ ਸਿਰ ਆ, ਤੇ ਫਿਰ ਤੁਸੀਂ ਉੱਥੇ ਪੱਗ ਬੰਨ ਕੇ ਗੁਰਬਾਣੀ ਦਾ ਪ੍ਰਕਾਸ਼ ਕਿਉਂ ਕਰਦੇ ਹੋ, ਦੋਲੇ ਨਾ ਬਣਾਓ। ਇੱਕ ਬੰਦਾ ਮੈਨੂੰ ਸ਼ਰੇਆਮ ਕਹਿ ਰਿਹਾ ਕਿ ਭਾਈ ਰਵਿਦਾਸ ਤਾਂ ਹਿੰਦੂ ਸੀਗਾ, ਜੇ ਹਿੰਦੂ ਸੀਗਾ ਤਾਂ ਸਿੱਖਾਂ 'ਚ ਉਹਦਾ ਰੋਲ ਕੀ ਹੋਇਆ, ਠੀਕ ਆ, ਉਹਦੀ ਮੈਂ ਰਿਸਪੈਕਟ ਕਰਦਾ ਹਾਂ, ਇਹੋ ਜਿਹੀ ਗੱਲ ਨਹੀਂ ਹੈਗੀ, ਬਹੁਤ ਸੋਹਣੀ ਗੁਰਬਾਣੀ ਲਿਖੀ ਆ, ਤੇ ਬਹੁਤ ਸੋਹਣੇ ਵਿਚਾਰ ਦਿੱਤੇ, ਇਹੋ ਜਿਹੀ ਗੱਲ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਉਹਨਾਂ ਬਾਰੇ ਕਈ ਵਾਰ ਬੋਲਿਆ ਆ, ਪਰ ਯਾਰ ਦੋਲੇ ਨਾ ਬਣੋ, ਠੀਕ ਆ, ਨੰਗੇ ਸਿਰ ਫੋਟੋ ਤੁਸੀਂ ਗੁਰਬਾਣੀ ਦੇ ਸਾਹਮਣੇ ਤੁਸੀਂ ਕਿਵੇਂ ਲਾ ਸਕਦੇ ਕਿਸੇ ਬੰਦੇ ਦੀ, ਠੀਕ ਆ, ਨਹੀਂ ਲਾ ਸਕਦੇ ਨਾ। ਮੈਂ ਨੰਗੇ ਸਿਰ ਗੁਰਦੁਆਰੇ ਜਾ ਸਕਦਾ? ਨਹੀਂ ਜਾ ਸਕਦਾ, ਬਾਕੀ ਜਗ੍ਹਾ ਜਾ ਸਕਦਾ, ਉੱਥੇ ਮੈਂ ਜਾਂਦਾ ਵੀ ਨਹੀਂ ਹੈਗਾ। ਸੋ ਮੇਰੇ ਹਰਿਜਨ ਵੀਰਾਂ ਨੂੰ ਬੇਨਤੀ ਆ, ਹੱਥ ਬੰਨ ਕੇ ਸੋਚੋ, ਭਾਈ ਰਵਿਦਾਸ ਸਿੰਘ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਹਦੇ ਖਿਲਾਫ ਹੋ ਜਾਂ ਕੁਛ ਕਰੋ, ਠੀਕ ਆ, ਪਰ ਉਹ ਥੱਲੇ ਵਾਲਾ ਬੰਦਾ ਮੈਨੂੰ ਕਹਿ ਰਿਹਾ ਕਿ ਪਿਛਲੀ ਵੀਡੀਓ 'ਚ ਕਿ ਉਹ ਹਿੰਦੂ ਸੀਗਾ, ਸਿੱਖਾਂ ਵਿੱਚ ਫਿਰ ਉਹਦਾ ਰੋਲ ਆ ਕਿੱਥੋਂ ਗਿਆ, ਠੀਕ ਆ, ਤੁਸੀਂ ਮਿਨੋਰਟੀ ਸੀਗੇ, ਤੁਹਾਨੂੰ ਲੀਡਰ ਚਾਹੀਦਾ ਸੀਗਾ, ਇਸ ਗੁੱਡ ਟੂ ਹੈਵ ਏ ਲੀਡਰ, ਹੈ ਨਾ, ਸਾਨੂੰ ਸਾਰਾ ਲੀਡਰ ਚਾਹੀਦਾ ਹੁੰਦਾ ਆ। ਪਰ ਵੀਰੋ, ਭੈਣੋ, ਭਰਾਵੋ, ਹਰਿਜਨ ਵੀਰੋ, ਤੁਹਾਨੂੰ ਮੈਨੂੰ ਤੁਹਾਡੇ ਅੱਗੇ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਨੰਗੇ ਸਿਰ ਫੋਟੋ ਤੁਸੀਂ ਉਹਦੀ ਲਾ ਰੱਖੀ ਆ, ਪਰ ਤੁਸੀਂ ਆਪ ਉੱਥੇ ਸਿਰ ਤੇ ਪੱਗ ਬੰਨ ਕੇ ਗੁਰਬਾਣੀ ਦਾ ਪ੍ਰਕਾਸ਼ ਕਰ ਰਹੇ ਹੋ। ਓਕੇ ਜੀ, ਦੋਲੇ ਨਾ ਬਣੋ, ਪਲੀਜ਼ ਇਹਦੇ ਬਾਰੇ ਸੋਚੋ।